महाराज अष्टमी ग्यारहवीं अष्टपति के बच्चे प्रमाण करते हैं सुखी बसे मशकीनिया आप निवारतले वटे वटे हंकारिया नानक गर्भगले ओ भागा वाले जीवन जेड़े समर्थ हुए इंदे भी अपना जोर नहीं दिखाते के तुरकी बाणी है इहदे विच किसे ना भी कोई लिहाज नहीं जो भी इहदी शर्म चाहिया सूरज चढ़िया है उहदा प्रकाश वो सारे लिए है ये वक्री गल है जिहड़ा सामने है उहदे ते सिद्धा पैणा जिहड़ा हटना है उहदे ते घट पैणा जिहड़ा अंदर बैठा उहदे उत्तों घट पैणा ते इत्थों तक प्रकाश उहदा जिहड़ा है वो सारे संसार ते बाणी तां कहिंदे सूरज इक रुत अनेक नानक करते के केते वेश अज लोड़ है इस खुशी के समय ते उहदा शुकराना करदे रहे जिस तरह सतगुरु दास महाराज सानू अपनी बाणी च उपदेश करदे है कि उहदा शुकराना करना चाहीदा हर वेले करना चाहीदा खास करके इहो जे वड्डे कारज जदों ਉਹ ਬਖਸ਼ਿਸ਼ ਕਰਦਾ ਹੈ ਤਾਂ ਉਹਦੇ ਲਈ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਪੈਣਾ ਚਾਹੀਦਾ ਵੀ ਪਰ ਅਸੀਂ ਆਪਣੀ ਮੱਤ ਦੇ ਅਨੁਸਾਰ ਮਾਲਕ ਨੂੰ ਸਮਝਦੇ ਸਾਡਾ ਗੁਲਾਮ ਹੈ ਇਹ ਅਰਦਾਸ ਬੇਨਤੀ ਉਦੋਂ ਪ੍ਰਵਾਨ ਹੁੰਦੀ ਹੈ ਜਦੋਂ ਅਸੀਂ ਦੀਨਤਾ ਦੇ ਘਰ 'ਚ ਆ ਕੇ ਉਹਨੂੰ ਆਪਣਾ ਆਪ ਸਮਰਪਿਤ ਕਰ ਦਿੰਦੇ ਹਾਂ ਅਤੇ ਸਤਿਗੁਰੂ ਦਾਸ ਮਹਾਰਾਜ ਦਾ शब्द जो है ऐसी लाल तुझ बैन कौन करे गरीब नवाज किसिया मेरा माथे छत्र तरके मालक ये तेरे तो बगैर एडी रहमत होर कोई नहीं कर सकता क्योंकि तू गरीबां नूं नवाजण वाला है जिन्हां लोकां नूं समाज वलों योग स्थान ही नहीं सी ਅੱਜ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਡੇ ਸਮਾਜ ਦੇ ਵਿੱਚ ਲੋਕ ਬੱਚੇ ਬਾਹਰਲਿਆਂ ਮੁਲਕਾਂ ਵਿੱਚ ਦੇਸ਼ ਵਿੱਚ ਬੜੇ ਹੀ ਸਨਮਾਨਯੋਗ ਅਹੁਦਿਆਂ 'ਤੇ ਬੈਠੇ ਹਨ ਉਹਨਾਂ ਨੂੰ ਇਹ ਸਮਾਂ ਜਿਹੜਾ ਹੈ ਮਾਲਕ ਦੀ ਕਿਰਪਾ ਨਾਲ ਹੀ ਮਿਲਿਆ ਅਤੇ ਇਸੇ ਤਰ੍ਹਾਂ ਸਤਿਗੁਰੂ ਦਾਸ ਜੀ ਨੇ ਵੀ ਉਸ ਵੇਲੇ ਸ਼ੁਕਰਾਨਾ ਕੀਤਾ ਮਾਲਕ ਦਾ ਜਦੋਂ ਉਹਨਾਂ ਨੂੰ ਰਾਜੇ ਦੇ ਦਰਬਾਰ ਵਿੱਚ ਬਹੁਤ ਉੱਚੇ ਸੁੱਚੇ ਸਿੰਘਾਸਣ 'ਤੇ ਵਿਛਾ ਕੇ ਉਹਨਾਂ ਦੇ ਸਿਰ 'ਤੇ ਸੋਨੇ ਦਾ ਛਤਰ ਚਲਾਇਆ ਅਤੇ ਉਹਨਾਂ ਦੀ ਵਡਿਆਈ ਹੋਇਆ ਅਤੇ ਉਸ ਵੇਲੇ ਗੁਰੂ ਦਾਸ ਮਹਾਰਾਜ ਨੇ ਹੰਕਾਰ 'ਚ ਨਹੀਂ ਨਿਮਰਤਾ 'ਚ ਆ ਕੇ ਉਹਦਾ ਸ਼ੁਕਰਾਨਾ ਕੀਤਾ ਕਿ ਮਾਲਕ ਐਸੀ ਲਾਲ ਤੁਝ ਬਹਿਨ ਕੌਣ ਕਰੇ ਤੇਰੇ ਤੋਂ ਬਗੈਰ ਐਸੀ ਦੁਨੀਆ ਦੀ ਕੋਈ ਸ਼ਕਤੀ ਨਹੀਂ ਹੈ ਜੇ ਮਿਲੇ ਅਤੇ ਜਿਹੜਾ ਕੰਮ ਰਹਿਮਤ ਅਤਾ ਕੀਤਾ ਹੈ ਉਹ ਕਰ ਸਕੇ ਕਿਉਂਕਿ ਗਰੀਬ ਨਿਵਾਜ ਕਿਸਿਆਂ ਮੇਰੇ ਮਾਥੇ ਛਤਰ ਤੇਰੀ ਕਿਰਪਾ ਦੇ ਨਾਲ ਹੀ ਅੱਜ ਮੇਰੇ ਸਿਰ 'ਤੇ ਜਿਹੜਾ ਛਤਰ ਚੁਲ ਰਿਹਾ ਪੰਜਾਈ ਜਿਹੜੀ ਹੋ ਰਹੀ ਹੈ ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਲੋਕ ਇਨਸਾਨ ਨੂੰ ਇਨਸਾਨ ਨਫ਼ਰਤ ਕਰਦਾ ਸੀ ਕੁੱਤੇ ਬਿੱਲੇ ਜਿੱਥੇ ਮਰਜ਼ੀ ਜਾ ਕੇ ਵੜ ਸਕਦੇ ਸੀ ਖਾ ਪੀ ਸਕਦੇ ਸੀ ਕਿਸੇ ਚੀਜ਼ ਨੂੰ ਜੂਠੀ ਕਰ ਦੇਣਾ ਉਹਦਾ ਕੋਈ ਨਹੀਂ ਸੀ ਕੋਈ ਵਿਗਾੜ ਸਕਦਾ ਪਰ ਇਨਸਾਨ ਇਨਸਾਨ ਦੇ ਪਰਛਾਵੇਂ ਤੋਂ ਡਰਦਾ ਸੀ ਤਦੇ ਲਿਖਿਆ ਹੈ ਜਦੋਂ ਸਾਡੇ ਪਰਛਾਵੇਂ ਤੋਂ ਡਰੇ ਦੁਨੀਆ ਰੁਤਬਾ ਗੁਰੂ ਰਵਿਦਾਸ ਇਕਸਾਰ ਕੀਤਾ ਉਦੋਂ ਉਹਨੇ ਇਹ ਕਹਿ ਦਿੱਤਾ ਨੀਚਾ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਹੀਂ ਡਰੇ ਮੇਰਾ ਜਿਹੜਾ ਮਾਲਕ ਉਹ ਮੇਰੇ ਵਰਗੇ ਨਾ ਜੀ ਲੋਕਨ ਕਰਦਾ ਮੈਂ ਇਸ ਸਪੀਕਰ ਬੋਲਿਆ ਤੋਂ ਸੁਣਿਆ ਹੋਣਾ ਬਾਅਦ 'ਚ ਕਰ ਲਿਓ ਜਿਹੜਾ ਜੋਰ ਲਾਉਣਾ ਉਹ ਜਿਹੜਾ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਉਹ ਤੂੰ ਹੈ ਮੇਰਾ ਜੇ ਕਿਸੇ ਨੂੰ ਹੱਥ ਵੀ ਲੱਗ ਜਾਂਦਾ ਤਾਂ ਭਿੱਟ ਹੋ ਜਾਂਦਾ ਮੇਰਾ ਭਿੱਟਿਆ ਬੰਦਾ ਜਿਹੜਾ ਸੀ ਤੂੰ ਉੱਧਰ ਵੀ ਡਰਦਾ ਸੀ ਜਿੱਦਾਂ ਬਿਜਲੀ ਦਾ ਕਰੰਟ ਲੱਗਦਾ ਮੇਰੇ ਭਿੱਟੇ ਹੱਥ ਲੱਗੇ ਤਾਂ ਸਾਰੇ ਡਰਦੇ ਸੀ ਅੱਜ ਗੁਰੂ ਦਾਸ ਨੇ ਕਿਹਾ ਅੱਜ ਕੀ ਹੈ ਰਾਜੇ ਨੇ ਕਿਹਾ ਜਿਹਦੇ ਦਰਬਾਰ ਦੇ ਵਿੱਚ ਛਤਰ ਚਲਾਇਆ ਗਿਆ ਉਹਨੇ ਲਿਖਿਆ ਨਾਗਰ ਜਨਾ ਮੇਰੀ ਜਾਤ ਕੁਟਵਾਂਡਲਾ ਢੋਰ ਟਮੰਟਾ ਨਿਤ ਹੀ ਬਨਾਰਸੀ ਆਸ ਪਾਸਾ ਮੇਰੀ ਜਾਤ ਦੇ ਲੋਕ ਤੇਰੇ ਬਨਾਰਸ ਸ਼ਹਿਰ ਦੇ ਆਲੇ ਦੁਆਲੇ ਜਿੱਥੇ ਦਾ ਮੈਂ ਰਹਿਣ ਵਾਲਾ ਹਾਂ ਉੱਥੇ ਮਰੇ ਹੋਏ ਪਸ਼ੂਆਂ ਨੂੰ ਚੱਕਦੇ
ਉਹਦਾ ਚੰਬ ਲਾਉਂਦੇ, ਉਹਦਾ ਰੰਗ ਕਰਕੇ ਉਹਦੀਆਂ ਜੁੱਤੀਆਂ ਬਣਾਉਂਦੇ, ਪੱਕਾ ਕਰਕੇ ਸਮਾਜ ਦੀ ਸੇਵਾ ਕਰਦੇ ਆ। ਪਰ ਅੱਜ ਆਪ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਅੱਜ ਤੇਰੇ ਵਰਗੇ ਵੱਡੇ ਵੱਡੇ ਰਾਜ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਤੇ ਜਿਹੜੇ ਪੰਡਿਤ ਹੈ ਤਲਕਧਾਰੀ, ਉਹਨਾਂ ਦੇ ਪ੍ਰਧਾਨ ਵੀ ਉਹ ਲੰਮੇ ਪੈ ਪੈ ਕੇ ਨੱਕ ਰਗੜ ਕੇ ਡੰਡੋਤ ਮੈਂ ਹੁੰਦਾ, ਲੰਮੇ ਪੈ ਕੇ ਮੱਥਾ ਟੇਕਣਾ। ਅੱਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਤੇਰੇ ਨਾਏ ਸਰਨਾਏ ਰਵਿਦਾਸ ਦਾਸਾ, ਅੱਜ ਤੇਰੇ ਮਾਲਕ ਦੇ ਨਾਂ ਕਰਕੇ ਇਹ ਮੈਨੂੰ ਮੱਥਾ ਟੇਕਦਾ ਹੈ। ਸੋ ਸਾਧ ਸਿੰਘ ਜੀ, ਇਹ ਸਾਰਾ ਕੁਛ ਸੰਭਵ ਤਾਂ ਹੋਇਆ ਕਿਉਂਕਿ ਜਦੋਂ ਦੇਸ਼ ਦੇ ਕਾਨੂੰਨ ਮੰਤਰੀ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਣੇ, ਉਹਨਾਂ ਸਾਡੇ ਸਾਰਿਆਂ ਰੈਂਬਰਾਂ ਦੀਆਂ ਸਟਰਗਲਾਂ ਨੂੰ ਕਾਨੂੰਨੀ ਰੂਪ ਦੇ ਦਿੱਤਾ ਹੈ। ਅਤੇ ਜਿਹੜਾ ਦੇਸ਼ ਦਾ ਸੰਵਿਧਾਨ ਹੈ, ਜਿਸ ਤਰ੍ਹਾਂ ਇਹ ਧਰਮ ਦਾ ਸੰਵਿਧਾਨ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਸੇ ਤਰ੍ਹਾਂ ਦੇਸ਼ ਦੇ ਕਾਨੂੰਨ ਨੂੰ, ਦੇਸ਼ ਦੇ ਸਿਸਟਮ ਨੂੰ ਚਲਾਉਣ ਦੇ ਲਈ ਦੇਸ਼ ਦੇ ਵਿੱਚ ਇੱਕ ਸਾਂਝਾ ਇੱਕ ਗ੍ਰੰਥ ਰਚਿਆ ਗਿਆ ਜਿਹਨੂੰ ਸੰਵਿਧਾਨ ਕਿਹਾ ਜਾਂਦਾ। ਇਹ ਧਰਮ ਦਾ ਸੰਵਿਧਾਨ ਹੈ, ਇਹਦੇ ਵਿੱਚ ਲਿਖਿਆ ਆ ਬ੍ਰਾਹਮਣ ਖੱਤਰੀ ਸੂਦ ਵੈਸ਼, ਚਾਹੇ ਉਹ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਤਦ ਸੰਭਵ ਹੈ, ਗੁਰੂ ਸਾਹਿਬ ਪਹਿਲੇ ਪਾਤਸ਼ਾਹ ਲਿਖਿਆ ਏਕ ਪਿਤਾ ਏਕ ਸ਼ਕੇ ਹਮਵਾਰ, ਤੂੰ ਮੇਰਾ ਗੁਰੂ ਹੈ, ਆਪਾਂ ਸਾਰੇ ਉਸ ਮਾਲਕ ਦੀ ਲਾਦ ਹੈ, ਆਪਾਂ ਸਾਰੇ ਭਰਾ ਹੈ। ਅਤੇ ਇਸੇ ਤਰ੍ਹਾਂ ਜੇ ਉਸ ਕਾਨੂੰਨ ਨੂੰ ਪਾਲਾਂਗੇ, ਉਹਨੂੰ ਮੰਨਾਂਗੇ, ਅਵੇ ਦਾ ਆਰਡਰ ਪੂਰਾ ਕਰਾਂਗੇ ਉਹਦਾ ਕਹਿਣਾ, ਫਿਰ ਤਾਂ ਪ੍ਰਾਪਤੀ ਹੈਗੀ ਹੈ। ਜੇ ਨਹੀਂ ਤਾਂ ਕਾਨੂੰਨ ਦੀ ਉਲੰਘਣਾ ਕਰਕੇ ਸਮਾਜ ਦੇ ਵਿੱਚ ਅਜੇ ਵੀ ਦਰਿੰਦੇ ਗਲਤ ਕਾਨੂੰਨ ਦੀ ਵਰਤੋਂ ਦਾ ਫਾਇਦਾ ਲੈ ਰਿਹਾ। ਅਤੇ ਇਸ ਧਰਮ ਦੇ ਕਾਨੂੰਨ ਦਾ ਵੀ ਫਾਇਦਾ ਗਲਤ ਅਨਸਰ ਲੈ ਰਿਹਾ, ਕਿਉਂਕਿ ਜਾਪ ਹੋਇਆ ਬਾਣੀ ਕਹਿੰਦੀ ਹੈ, ਇਹ ਸੁਖਮਨੀ ਸਾਹਿਬ ਦੇ ਵਿੱਚ ਬਾਣੀ ਚਾਹੁੰਦਾ ਹੈ, ਖੁਰਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਜਿਹੜੇ ਨੇ ਸੰਤ ਮਤ ਦੇ ਸਕੂਲ ਵਿੱਚ ਜਾਣਾ, ਗੁਰੂ ਕਾ ਗ੍ਰਹਿ ਕੋ ਕੋਠੇ ਨੂੰ ਨਹੀਂ ਕਿਹਾ ਜਾਂਦਾ, ਜੋ ਗੁਰੂ ਦੀ ਤਲੀਮ ਹੈ, ਜਿਹਨੇ ਉਹਨੂੰ ਐਡਜਸਟ ਕਰਨਾ, ਉਹਨੂੰ ਪ੍ਰਾਪਤ ਕਰਨਾ, ਤਾਂ ਉਹਨੂੰ ਗੁਰੂ ਦੀ ਕਲਾਸ ਦੇ ਵਿੱਚ ਬਹਿਣਾ ਪਏਗਾ। ਆਪਾਂ ਸਕੂਲਾਂ ਕਾਲਜਾਂ ਵਿੱਚ ਬੱਚੇ ਦੇਖਦੇ ਹਾਂ ਪੜ੍ਹ ਜਾਂਦੇ ਆ, ਜੇ ਉਹ ਬੱਚੇ ਸਕੂਲ ਗਏ ਆ, ਘਰੋਂ ਵਸਤਾ ਪਾ ਕੇ ਚਲੇ ਗਏ, ਜੇ ਉਹ ਜਾ ਕੇ ਸਕੂਲ ਦੇ ਕਲਾਸ ਰੂਮ ਵਿੱਚ ਬੈਠੇ ਆ, ਤਾਂ ਫਿਰ ਵੀ ਨਹੀਂ, ਕਿਉਂਕਿ ਜੇ ਉੱਥੇ ਜਾ ਕੇ ਬਹਿ ਕੇ ਇੱਦਾਂ ਹੀ ਕਰਦਾ ਰਿਹਾ, ਧਿਆਨ ਹੋਰ ਪਾਸੇ ਰਿਹਾ, ਸ਼ਰਾਰਤਾਂ ਕਰਨ ਵੱਲ ਰਿਹਾ, ਤਾਂ ਟੀਚਰ ਲੈਸਨ ਦੇ ਕੇ ਚਲੇ ਜਾਏਗਾ, ਪੱਲੇ ਕੁਛ ਨਹੀਂ ਪਏਗਾ। ਇਹ ਬਾਣੀ ਇਹ ਕਹਿੰਦੀ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਜੇ ਉਹ ਸਟੂਡੈਂਟ ਵਾਂਗੂ ਕਲਾਸ ਦੇ ਵਿੱਚ ਜਾ ਕੇ ਬੈਠਾ ਹੈ, ਅਤੇ ਜੋ ਲੈਸਨ ਗੁਰੂ ਦਿੰਦਾ, ਗੁਰ ਕੀ ਆਗਿਆ ਮਨ ਮੈਂ ਸਹੇ, ਉਹ ਜੋ ਸਬਕ ਦਿੱਤਾ ਸਾਨੂੰ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜ਼ਿੰਦਗੀ 'ਚ ਅਮਲ ਕਰੇਗਾ। ਆਪ ਸਕੋ ਕਰ ਕਸ਼ੂਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤ ਧਿਆਵੇ, ਮਨ ਵੇਚੇ ਸਤਿਗੁਰ ਕੇ ਪਾਲ, ਤੇ ਸੇਵਕ ਕੇ ਕਾਰਜ ਰਾਸ। ਅਸੀਂ ਜੇ ਤਾਂ ਗੁਰੂ ਦੀ ਗੱਲ ਨੂੰ ਮੰਨ ਲਿਆ, ਫਿਰ ਤਾਂ ਕਾਮਯਾਬ ਹੈ। ਪਰ ਸਾਡੇ ਮੰਦੇ ਭਾਗ ਆ, ਗੁਰੂ ਜੋ ਮਰਜ਼ੀ ਕਹਿੰਦੇ ਅਸੀਂ ਨਹੀਂ ਮੰਨਦੇ, ਉਹਨੂੰ ਮੱਥਾ ਜ਼ਰੂਰ ਟੇਕੀ ਜਾਂਦੇ ਹਾਂ। ਕਿਉਂਕਿ ਹੁਣੇ ਭਾਈ ਸਾਹਿਬ ਬੋਲ ਕੇ ਗਏ ਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਦਸਵੇਂ ਪਾਤਸ਼ਾਹ ਦਾ ਫਰਮਾਨ ਕਿ ਮੇਰੇ ਤੋਂ ਬਾਅਦ, ਕਹਿੰਦੇ ਅਕਾਲ ਪੁਰਖ ਦਾ ਰਾਹੀ ਹੁਕਮ ਹੈ ਕਿ ਜੇ ਪੰਥ ਦੀ ਅਗਵਾਈ ਕਰਨੀ ਹੈ ਤਾਂ ਤੁਹਾਡੀ ਸ਼ਖਸੀ ਪੂਜਾ ਬੰਦ, ਅਤੇ ਅੱਜ ਤੋਂ ਇਹ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਜਾਮਾ, ਇਹੀ ਅੱਜ ਸਮਾਜ ਦੀ ਅਗਵਾਈ ਕਰੂਗਾ, ਔਰ ਕਰਦਾ ਹੈ ਔਰ ਕਰਦਾ ਰਹਿਣਾ। ਕਿਉਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਹਿੰਦੇ ਮੈਂ ਕਿਸੇ ਨੂੰ ਬੇਨਤੀ ਨਹੀਂ ਕੀਤੀ, ਹੁਕਮ ਦੇ ਵਿੱਚ ਬੇਨਤੀ ਵਿੱਚ ਤੇ ਸਲਾਹ ਦੇ ਵਿੱਚ ਫਰਕ ਹੈ। ਉਹਨਾਂ ਮਹਾਂਪੁਰਸ਼ਾਂ ਨੇ, ਦਸਵੇਂ ਪਾਤਸ਼ਾਹ ਨੇ
1728 ਦੇ ਸੱਚਖੰਡ ਜਾਣਾ ਸੀ ਉਹਨਾਂ ਨੇ ਪਹਿਲਾਂ ਇਹ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਨਾਲ ਅੱਗੇ ਲਿਖਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹਨੂੰ ਮੱਥਾ ਟੇਕ ਕੇ ਨਹੀਂ ਸਾਰਨਾ ਇਹਨੂੰ ਇਹ ਮੰਨਣਾ ਕਿ ਗੁਰੂ ਸਾਹਿਬ ਸਾਕਸ਼ਾਤ ਬੈਠੇ ਹੈ ਔਰ ਜੋ ਹੁਕਮਨਾਮਾ ਆ ਰਿਹਾ ਗੁਰੂ ਮਹਾਰਾਜ ਦਾ ਕਹਿਣਾ ਇਹਨੂੰ ਹੁਣੇ ਮੰਨਣਾ ਤੇ ਜਿਹੜੇ ਮੰਨ ਲਿਆ ਉਹੀ ਉਹਦੀ ਕਲਾਸ ਵਿੱਚ ਬੈਠਾ ਤਾਂ ਬਾਣੀ ਚ ਲਿਖਿਆ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਕੀ ਉਹਨ ਕਰਨਾ ਗੁਰ ਕੀ ਆਗਿਆ ਮਨ ਮੈਂ ਸਹੇ ਆਪ ਸਕੋ ਕਰ ਕਸ਼ੂ ਨਾ ਜਨਾਵੇ ਆਪਣੇ ਆਪ ਨੂੰ ਨਾ ਸਮਝੇ ਮੈਂ ਬਹੁਤ ਖਾਸ ਖਾਸ ਹੈ ਨਹੀਂ ਇਸ ਮਹਾਰਾਜ ਦੇ ਘਰ ਦੇ ਵਿੱਚ ਸਿਰਫ ਪ੍ਰੇਮ ਭਾਵਨਾ ਦਾ ਸਤਿਕਾਰ ਹੈ ਕਿਸੇ ਵੱਡੇ ਦਾ ਸਤਿਕਾਰ ਨਹੀਂ ਹੋਇਆ ਮਾਲਕ ਭਾਗੋ ਦੀ ਬਾਣੀ ਨਹੀਂ ਬਾਬਰ ਦੀ ਬਾਣੀ ਨਹੀਂ ਹੋਰ ਵੱਡਾ ਵੱਡਾ ਰਾਜਾ ਮਹਾਰਾਜਾ ਦੀ ਰੰਗਜੇਬ ਦੀ ਬਾਣੀ ਨਹੀਂ ਜਹਾਂਗੀਰ ਦੀ ਬਾਣੀ ਨਹੀਂ ਸਿਕੰਦਰ ਲੋਧੀ ਦੀ ਬਾਣੀ ਨਹੀਂ ਬਾਣੀ ਕਿਹਨਾਂ ਦੀ ਹੈ ਜਿਨ੍ਹਾਂ ਨੇ ਲਿਖਿਆ ਨੀਚੋ ਉੱਚ ਕਰੇ ਮੇਰਾ ਗੋਬਿੰਦ ਉਹਨਾਂ ਦੀ ਬਾਣੀ ਕਿਉਂ ਉਹ ਬਾਣੀ ਜਿਹੜੀ ਹੈ ਅਕਾਲੀ ਬਾਣੀ ਆ ਅਨੁਭਵੀ ਬਾਣੀ ਆ ਸੱਚਖੰਡ ਤੋਂ ਜਿਹੜੀ ਬਾਣੀ ਹੈ ਉਹ ਬਾਣੀ ਹੈ ਇਹ ਠੀਕ ਹੈ ਕਈ ਵਾਰੀ ਵਿਚਾਰ ਕਰਦੇ ਕਰਦੇ ਇਹ ਤਾਂ ਸਾਕਸ਼ਾਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਸਰੂਪ ਨਹੀਂ ਇਹਨੂੰ ਸਰੂਪ ਨਹੀਂ ਕਹਿਣ ਦੀ ਲੋੜ ਇਹ ਸਾਕਸ਼ਾਤ ਉਹ ਅਕਾਲ ਪੁਰਖ ਹੈ ਉਹਦਾ ਰੂਪ ਹੈ ਉਹ ਵਿਚਰਦਾ ਹੈ ਜਿਸ ਤਰ੍ਹਾਂ ਅਸੀਂ ਖੁਸ਼ੀ ਦੇ ਮੌਕੇ ਤੇ ਬੈਠੇ ਹਾਂ ਆਪਾਂ ਬੈਠੇ ਜਿਹਦੇ ਹਾਂ ਤੁਸੀਂ ਖੁਸ਼ੀ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਮੈਨੂੰ ਖੁਸ਼ੀ ਹੈ ਤਾਂ ਇੰਨੀ ਮੈਨੂੰ ਖੁਸ਼ੀ ਹੈ ਇਹ ਗੁਰੂ ਦੀ ਤਲੀਮ ਜਿਹੜੀ ਹੈ ਅਨੁਭਵੀ ਗਿਆਨ ਹੈ ਗੁਰੂ ਸਾਹਿਬ ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਹੁਣ ਕਰਨਾ ਕੀ ਹੈ ਜੋ ਬਾਣੀ ਆਈ ਹੈ ਜੋ ਹੁਕਮ ਆਇਆ ਕੀ ਆਇਆ ਬਾਣੀ 'ਚ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਕਹਿੰਦੇ ਗੁਰੂ ਸਾਹਿਬ ਕਹਿੰਦੇ ਜਿਹੜੇ ਕੰਮ ਮੇਰੇ ਕੋਲ ਆਇਆ ਉਹ ਮੈਂ ਖਜ਼ਾਨਾ ਕਿਸੇ ਹੋਰ ਨੂੰ ਪੜਾਇਆ ਜੇ ਉਹ ਲੈਣਾ ਤਾਂ ਪੱਗ ਜਿਹੜੀ ਹੰਕਾਰ ਦੀ ਬੰਨੀ ਫਿਰਦਾ ਨੂੰ ਲਾਹ ਕੇ ਆਇਆ ਦਸਵੇਂ ਪਾਤਸ਼ਾਹ ਨੇ ਕਿਹਾ ਸਿਰ ਧਰ ਤਲੀ ਗਲੀ ਮੋਰੀ ਆਓ ਬੀਬੀ ਕਿਸੇ ਮੱਥਾ ਨਹੀਂ ਟੇਕਣਾ ਇੱਕ ਤਾਂ ਧਿਆਨ ਭੰਗ ਹੁੰਦਾ ਇੱਕ ਮਰਿਆਦਾ ਨਹੀਂ ਹੈ ਸ਼ਹੀਦ ਉਹ ਕਹਿੰਦੇ ਜੇ ਨੇ ਮੇਰੇ ਵੱਲ ਨੂੰ ਆਉਣਾ ਸਿਰ ਤਲੀ ਤੇ ਰੱਖ ਕੇ ਆਓ ਪਹਿਲਾਂ ਵੀ ਲਿਖਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਨਕਾ ਦੋ ਬਾਰੇ ਭਾਰ ਸੰਤ ਦਾ ਮਾਰਗ ਬੜਾ ਕਠਿਨ ਹੈ ਤੇ ਸਾਰੇ ਸੰਤਾਂ ਨੇ ਇਹ ਤਲੀਮ ਦਿੱਤੀ ਹੈ ਤੇ ਅਸੀਂ ਇਕੱਲਾ ਹੀ ਮੱਥਾ ਟੇਕ ਕੇ ਕਹਿੰਦੇ ਮੱਥਾ ਟੇਕਦਾ ਹੋ ਗਿਆ ਕੰਮ ਇੱਦਾਂ ਬਾਬਾ ਵਿਹਲਾ ਨਹੀਂ ਨਾਮ ਸੁਣਨਾ ਕਿਉਂਕਿ ਉਹ ਕਹਿੰਦੇ ਆ ਕੀ ਕਹਿੰਦੇ ਆ ਰਾਮ ਨਾਮ ਸੰਤਨ ਕਰ ਪਾਇਆ ਤਾਜਬ ਮਹਾਨ ਹੰਕਾਰ ਦੀ ਪੰਡ ਲਾ ਕੇ ਤਕੀਦ ਲਿਓ ਮਨ ਮੋਲ ਰਾਮ ਨਾਮ ਹਿਰਦੇ ਮਹਿਫੂਲ ਅਸੀਂ ਵੀ ਦੇਖਦੇ ਹਾਂ ਆਹ ਕਿੱਦਾਂ ਦਾ ਇਹਨੂੰ ਮੱਥਾ ਕਿਉਂ ਮੈਂ ਟੇਕਾਂ ਆਹ ਕਿਉਂ ਆਹ ਮਰਜਾਦਾ ਨਹੀਂ ਆਹ ਮਰਜਾਦਾ ਮਰਜਾਦਾ ਪ੍ਰੇਮ ਹੈ ਸਾਚ ਕਹੂੰ ਸੁਣ ਲਿਓ ਸਮੇਂ ਜਨ ਪ੍ਰੇਮ ਕਿਉਂ ਤੈਨ ਹੀ ਪ੍ਰਭ ਆਏ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਕ੍ਰਿਸ਼ਨ ਭਗਵਾਨ ਤੇ ਸੁਧਾਮਾ ਦਾ ਜ਼ਿਕਰ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਇਹਨਾਂ ਦੇ ਬਾਰੇ ਬੇਪਰ ਸੁਧਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਕਹਾਏ ਸ਼੍ਰੀ ਕ੍ਰਿਸ਼ਨ ਜੀ ਤੇ ਸੁਧਾਮਾ ਜੀ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਸੰਦੀਪਨ ਰਿਸ਼ੀ ਦੇ ਕੋਲ ਜਾ ਕੇ ਸਿੱਖਿਆ ਗ੍ਰਹਿਣ ਕਰਦੇ ਹੁੰਦੇ ਸੀ ਕਿਉਂਕਿ ਉਦੋਂ ਪਬਲਿਕ ਸਕੂਲ ਇੱਦਾਂ ਦੇ ਨਹੀਂ ਸੀ ਗੁਰੂ ਕੋਲ ਆਸ਼ਰਮ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੇ ਧਰਮ ਦੇ ਲੋਕ ਪ੍ਰਚਾਰ ਕਰਨ ਵਾਲੇ ਸੀ ਉਹ ਹੀ ਬੰਦੇ ਨੂੰ ਜੀਵਨ ਦੀ ਸਿਹਤ ਦੇਣ ਦੀ ਸਿੱਖਿਆ ਦਿੰਦੇ ਸੀ ਅਤੇ ਜਿਹੜੇ ਸੇਵਾਦਾਰ ਬਣਦੇ ਸੀ ਉਹਨਾਂ ਦੇ ਗੁਰੂ ਉਹਨਾਂ ਨੂੰ ਪੜ੍ਹਾਉਂਦੇ ਵੀ ਸੀ ਔਰ ਸਮਾਜ ਦੇ ਵਿਚਰਨ ਦੇ ਲਈ ਉਹਨਾਂ ਨੂੰ ਉਹੋ ਜਿਹੇ ਗੁਣਾਂ ਨਾਲ ਪਰਿਪੱਕ ਕਰ ਦਿੰਦੇ ਸੀ ਜਿਹਦੀ ਉਹਨੂੰ ਸਮਾਜ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਦੇ ਵੀ ਲੋੜ ਪੈ ਸਕਦੀ ਸੀ ਹੁਣ ਕ੍ਰਿਸ਼ਨ ਸੁਧਾਮਾ ਦੋਨੇ ਬਾਲ ਬਾਲ ਰੂਪ ਦੇ ਵਿੱਚ ਬਣ ਜਾਂਦੇ ਸੀ ਇੱਕ ਦਿਨ ਉੱਥੇ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਕਿਹਾ ਤੇ ਲੰਗਰ ਵਾਸਤੇ ਲੱਕੜਾਂ ਕੱਟਿਆ ਭਾਈ ਤੁਸੀਂ ਇੱਦਾਂ ਕਰੋ ਜਾਓ ਜੰਗਲ ਵਿੱਚੋਂ ਲੱਕੜ ਲੈ ਕੇ ਆਓ
ਉਹ ਲੱਕੜਾਂ ਲੈਣ ਚਲੇ ਗਏ। ਅੱਜ ਕੱਲ੍ਹ ਵਰਗਾ ਮੌਸਮ ਲਾ ਲਓ, ਠੰਡ ਸੀ, ਬਾਰਿਸ਼ ਪੈ ਰਹੀ ਸੀ। ਜਦੋਂ ਜਾਣ ਲੱਗੇ ਤੇ ਗੁਰੂ ਜੀ ਸੰਦੀਪਤ ਜੀ ਦੀ ਧਰਮ ਪਤਨੀ ਨੇ ਸਧਾਮਾ ਜੀ ਨੂੰ ਥੋੜ੍ਹੇ ਜਿਹੇ ਛੋਲੇ ਭੁੱਜੇ ਦੇ ਦਿੱਤੇ ਤੇ ਤੁਸੀਂ ਜਾਣਾ ਜੰਗਲ ਵਿੱਚ, ਜੇ ਮੇਲਾ ਕਮੇਲਾ ਹੋਇਆ ਉੱਥੇ ਖਾ ਪੀ ਕੇ ਪਾਣੀ ਪੀ ਲਿਓ, ਪੇਟ ਦੀ ਪੂਰਤੀ ਹੋ ਜੂਗੀ। ਉਹ ਦੋਨੇ ਚਲੇ ਗਏ, ਬਾਰਿਸ਼ ਆ ਗਈ। ਹੁਣ ਕੱਪੜਾ ਲੈ ਕੇ ਉੱਪਰ ਸਧਾਮਾ ਚੋਰੀ ਚੋਰੀ ਮੂੰਹ 'ਚ ਪਾਉਂਦਾ ਤੇ ਉਹਦਾ ਚੱਬਦਾ ਆਵਾਜ਼ ਕਿਸੇ ਨੇ ਵੀ ਸੁਣ ਲਈ। ਉਹਨੇ ਪੁੱਛਿਆ, ਭਾਈ ਸਧਾਮਾ ਕੀ ਖਾਈ ਜਾਂਦਾ, ਮੈਨੂੰ ਵੀ ਦੇ ਕੁਛ। ਉਹ ਕਹਿੰਦਾ, ਮੈਂ ਕਿਤੇ ਖਾਂਦਾ, ਮੈਨੂੰ ਤਾਂ ਪਾਲਾ ਲੱਗਦਾ, ਮੇਰੇ ਤਾਂ ਦੰਦ ਕੰਬਦੇ ਆ ਠੰਡ ਨਾ। ਤੇ ਉਹਨਾਂ ਨੇ ਸ਼ਹਿ ਸ਼ਬਾਲ ਕਹਿ ਦਿੱਤਾ, ਉਹ ਕੰਗਾਲਾ ਤੂੰ ਅਜੇ ਰੱਜਿਆ ਨਹੀਂ, ਤੂੰ ਇਹ ਕੰਗਾਲਾ ਵਾਲੀ ਕਿਉਂ ਧਰਤੀ ਬਣਾ ਲਈ, ਜੋ ਖਾਣਾ ਮੈਨੂੰ ਵੀ ਦੇ ਦਿੰਦਾ। ਉਹ ਕਹਿਣ ਦੀ ਲੋੜ ਹੈ, ਸੂਰਜ ਲਹਿੰਦੇ ਹੋ ਚੜ੍ਹੇ ਤੇ ਜਾਏ ਪੂਰਬ, ਸੂਰਜ ਦੀ ਦਸ਼ਾ ਬਦਲ ਸਕਦੀ ਹੈ, ਪਰ ਸੰਤ ਦਾ ਬਚਨ ਕੀਤਾ ਬਦਲ ਨਹੀਂ ਸਕਦਾ। ਸਾਧ ਬਚਨ ਅਟਲਾਦਾ, ਇਹਨੂੰ ਮੰਨਣ ਵਾਲਿਆਂ ਲਈ ਹੈ। ਤੇ ਤੁਸੀਂ ਜਾਣਦੇ ਆ ਵੀ ਉਹ ਕ੍ਰਿਸ਼ਨ ਜੀ ਦੁਆਰਕਾਧੀਸ਼ ਬਣ ਗਏ ਤੇ ਸਧਾਮਾ ਜੀ ਗਰੀਬੀ ਦੀ ਵਿੱਚ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਤੇ ਉਹਨਾਂ ਨੇ ਜਦੋਂ ਆਖਰੀ ਸਮੇਂ ਤੇ ਜਦੋਂ ਬਾਹਲੀ ਦਰਿੱਦਰਤਾ ਆਈ ਤੇ ਨਾਲ ਲਿਖਿਆ ਲਿਖਿਆ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਰਿੱਦਰ ਗਵਾਏ, ਉਹਨੂੰ ਕਿਹਾ ਵੀ ਜਾ ਤੇਰਾ ਮਿੱਤਰ, ਤੂੰ ਕਹਿੰਦਾ ਰਾਜਾ ਬਣਿਆ ਆ, ਉਹਦੇ ਕੋਲ ਜਾ ਗਰੀਬ ਆ, ਆਪਾਂ ਕੋਈ ਮਦਦ ਕਰ ਦੇਵੇ। ਡਰਦਾ ਡਰਦਾ ਕਹਿੰਦਾ ਮੈਂ ਜਾਊਂਗਾ ਕਿੱਦਾਂ, ਕਿਹੜਾ ਮੇਰਾ ਉਹਨੂੰ ਪਤਾ ਨਹੀਂ ਫਿਰ ਹੈਗਾ ਕਿ ਨਹੀਂ ਪਤਾ। ਪਰ ਉਹਨੇ ਸਪਾੜਾ ਸਨਮਾਨ ਦੇ ਨਾਲ ਉਸ ਵੇਲੇ ਲੋਕ, ਅੱਜ ਦੇ ਲੋਕ ਕੀ ਹੈ, ਬਾਣੀ ਇਹ ਕਹਿੰਦੀ ਹੈ, ਉਹਨਾਂ ਦੀ ਧਾਰਨ ਦਿੱਤੀ ਹੈ, ਉਹਨਾਂ ਦੀਆਂ ਗੱਲਾਂ ਨੂੰ ਮੰਨਣ ਦੀ ਲੋੜ ਹੈ। ਅੱਜ ਕੀ ਹੈ, ਕਬੀਰ ਸਾਹਿਬ ਲਿਖਿਆ ਨਿਰਧਨ ਆਦਰ ਕੋਈ ਨਾ ਦੇ, ਗਰੀਬ ਬੰਦੇ ਦਾ ਸਨਮਾਨ ਕੋਈ ਨਹੀਂ ਮੰਨਦਾ ਕਰਦਾ ਨਹੀਂ ਹੈ। ਉਹ ਲਾਖ ਯਤਨ ਕਰੇ ਉਚਿਤ ਨਾ ਤਰੇ, ਕੋਈ ਜਿੰਨਾ ਮਰਜ਼ੀ ਇਮਾਨਦਾਰ ਬਣ ਕੇ ਹੋਵੇ, ਉਹ ਕਹਿੰਦੇ ਐਵੇਂ ਹੈ, ਇਹ ਝੂਠ ਬੋਲਦਾ, ਬੇਈਮਾਨ ਹੋਣਾ ਹੈ, ਸ਼ੱਕ ਹੈ। ਤੇ ਕਬੀਰ ਸਾਹਿਬ ਲਿਖਿਆ ਜੋ ਨਿਰਧਨ ਸਰਦਨ ਕੇ ਜਾਏ, ਆਗੇ ਮਿੱਠਾ ਮੁੱਖ ਫਰਾਏ। ਜਦੋਂ ਗਰੀਬ ਕਿਸੇ ਦੇ ਘਰ ਤਕੜੇ ਦੇ ਜਾਂਦਾ, ਉਹ ਤਾਕੀ ਦੇ ਵਿੱਚ ਦੇਖ ਲੈਣਾ ਸੀਸੀਟੀਵੀ ਕੈਮਰੇ, ਹੁਣ ਤਾਂ ਚੱਲ ਪਿਆ ਦੇਖ ਲੈਂਦਾ ਵੀ ਕਿਹੜਾ ਆਇਆ, ਉਹ ਕਹਿੰਦਾ ਫਲਾਨਾ ਆਇਆ, ਹੁਣ ਕਹਿੰਦੇ ਹੈ ਨਹੀਂ ਮੰਗਣੇ ਆਇਆ ਹੋਣਾ ਕੁਛ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇਹ ਕਹਿੰਦੀ ਹੈ ਸਾਨੂੰ ਸਾਰੇ ਮਨੁੱਖ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦੱਸੇ ਬਾਰਾ ਜੀ, ਸਾਰਿਆਂ ਦੀ ਹੈ ਤੇ ਸਾਰਿਆਂ ਦਾ ਹੀ ਇਹਨੂੰ ਮੰਨਣ ਦਾ ਫਰਜ਼ ਹੈ। ਤੇ ਸਾਰਿਆਂ ਨੇ ਮੰਨ ਕੇ ਮਨੁੱਖਤਾ ਦੀ ਸੇਵਾ ਜੋ ਗੁਰੂ ਸਾਹਿਬ ਨੇ ਸਾਨੂੰ ਇਸ ਬਾਣੀ ਦੇ ਜੀਏ ਸਮਝਾਈ ਆ, ਉਹ ਕਰਕੇ ਅਸੀਂ ਜ਼ਿੰਦਗੀ ਸਫਲ ਕਰ ਸਕਦੇ ਹਾਂ। ਕਿਉਂਕਿ ਆਮ ਤੌਰ 'ਤੇ ਇਹ ਕਰਦੇ ਅਸੀਂ ਦਸਾਂ ਪਾਤਸ਼ਾਹਾਂ ਦੀ ਜੋਤ, ਠੀਕ ਹੈ, ਅਤੇ ਬਾਕੀ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ, ਹਾਲਾਂਕਿ ਛਿਆਂ ਗੁਰੂਆਂ ਦੀ ਬਾਣੀ ਹੈ, ਸਾਰਿਆਂ ਸੱਤਾਂ ਮਹਾਂਪੁਰਸ਼ਾਂ ਦੀ ਬਾਣੀ ਹੈ, ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ, ਮੁਸਲਮਾਨੀ ਧਰਮ ਨੂੰ ਮੰਨਣ ਵਾਲਿਆਂ ਦੀ, ਸਾਰਿਆਂ ਦੀ ਬਾਣੀ ਹੈ, ਮਨੁੱਖਤਾਵਾਦ ਦੀ ਬਾਣੀ ਹੈ। ਮੈਂ ਨਹੀਂ ਕਹਿੰਦਾ ਵੀ ਕਿਉਂ ਕਿਸੇ ਨੂੰ ਕਿਉਂ ਨਹੀਂ ਕਹਿੰਦੇ, ਪਰ ਸਾਰਿਆਂ ਵਾਲੀ ਬਾਣੀ ਹੈ ਔਰ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ। ਮੈਂ ਤੁਹਾਨੂੰ ਖਾਸ ਕਰਕੇ ਆਦਰਨੀ ਭਾਈਚਾਰੇ ਨੂੰ ਕਹਿੰਦਾ, ਕਿਉਂਕਿ ਜਿਨ੍ਹਾਂ ਨੇ ਸਾਡਿਆਂ ਲੋਕਾਂ ਨੂੰ ਪਛਾੜ ਕੇ ਰੱਖਿਆ, ਅੱਜ ਤੱਕ ਵੀ ਲਿਖਤਾਂ ਇਹੋ ਜਿਹੀਆਂ ਜਿਹੜੀਆਂ ਸਮਾਜ ਨੂੰ ਗੁਰਦੇਵੇ ਵੱਲ ਨੂੰ ਜਾਂਦੀਆਂ, ਦਸਵੇਂ ਪਾਤਸ਼ਾਹ ਦੇ ਨਾਂ 'ਤੇ ਗਲਤ ਵਿਖਿਆਨ ਕਰ ਕਰਕੇ ਗ੍ਰੰਥ ਲਿਖ ਦਿੱਤੇ, ਉਹ ਜਿਹੜੇ ਆਪ ਮੂੰਹੋਂ ਕਹਿੰਦੇ ਹੈ ਉਹਦੇ ਉਲਟ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਹੈ। ਮੈਂ ਨਾ ਗਣੇਸ਼ੇ ਕਬੂ ਮਨਾਉ, ਕ੍ਰਿਸ਼ਨ ਵਿਸ਼ਨ ਮੈਂ ਕਬੂ ਨੂੰ ਧਿਆਉ, ਕਾਮ ਸੁਣੇ ਪਹਿਚਾਨ ਜੋ ਸਾਨੂੰ ਮੱਤੇ ਲਾਇਆ ਇਸ ਕਿੱਤੇ। ਸਰਬਲੋ ਗ੍ਰੰਥ ਪੜ੍ਹ ਕੇ ਦੇਖੋ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ, ਉਹ ਸਰਬਲੋ ਗ੍ਰੰਥ ਵਿੱਚ ਗੁਰੂ ਸਾਹਿਬ ਦੀ ਰਚਨਾ ਬਣਾ ਕੇ। ਤੁਰਕੀ ਬਾਣੀ ਇਹ ਹੀ ਹੈ ਜਿਹਦੇ ਵਿੱਚ ਉਹਨਾਂ ਲਿਖਿਆ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰ ਆ ਚੀਓ।
मैं तो अन्वेष करके रिक्स करनी है, बेनती करनी है कि 40 शब्द गुरु रविदास महाराज बाणी चाहिए। शब्द तो एक ही बहुत है, सदना जी का एक ही शब्द है, कसाई बिरादरी ने संबंध सी, तन्ना जी का एक ही शब्द है, जट बिरादरी ने संबंध सी, ये नहीं देखा जाता। तूड़ी के ढेर तो नहीं पछाणदी पे दाणियां दा बोल किड्डा है, बड़े बड़े ढेर तूड़ी दे होने की करना, जे दाणा है बच्चा एक ही काम जा रहा है। रामानंद जी बाणी है, हाले को बड़ा कट्ट हिंदू मन संबोधन करने की कोशिश की जा रही है, उन्हें लिखा रामानंद स्वामी रामत ब्रह्म गुर का शब्द कट्टे कोट करम, ऐसी ताकत है गुरु के विच। ते सानू इन्हां नूं मनण की लोड़ है समाज के विच एकता दे नाल। यह ठीक है कि साढ़े लोगों ने पढ़ सी ते हुण पढ़ पुढ़ के तुहानूं गुरु रविदास जी जो कह रहे हैं पढ़िए गुणिए नाम प्रभ सुनिए अनुभव भावो न दर्शे, सानू पढ़ लिख के पिछे जो साढ़े वड्डिया ने खजाना ये सानू सौंपया है। गुरु अर्जन देव जी ने कहा प्यो दादे का बेटा खोल खजाना, इहनूं पढ़ो समझो और समझण पढ़ दे नाल ही नहीं सरना, नाल तीन अवस्थावां लिखियां गाविए सुनिए ते मन रखिए पाओ, जिन्हां ने मन विच बसाई है वो प्राप्त करेगा। दवाई डॉक्टर दे दित्ती बुखार की दवाई है, जे लिया के असीं कन्न ना टंगी रखी जेब पाई रखी राम नहीं आएगा। जैबत गुरु उपदेशिया बाणी कहती है, सो सुन रहे भाई जिदा डॉक्टर ने दवाई खाण का ढंग दसिया वो गल ध्यान ना लड़ पाता। डॉक्टर कहता खट्टी चीज नहीं खानी, चटनी नहीं खानी, पकौड़े नहीं खाने, दब दब खाने हैं, फिर कहना जी खंघ हो गई। तो बाणी ये गल कहती है जैबत गुरु उपदेशिया सो सुन रहे भाई नानक कहे पकार के गौ प्रभ सरनाई, जेकर असी गुरु की गल मनांगे तो गुरु साढ़े तो वक्त नहीं गए, क्योंकि गुरु ही गुरु की बाणी है, बाणी गुरु ते गुरु है बाणी, गुरु ही साक्षात रूप में बाणी का रचनहार है, क्योंकि जेड़ा बोलता है जे बोलता ना हो तो कौन बोलूगा लिखूगा कौन। गुरु साहब भी इस बाणी के जरिए ऐसे बाणी के जरिए जो अंदर बोलता है, जिन्हें गुरु तीजे पातशाह लिखा हर जियो गुफा अंदर रख के बाजा पौन बजाया, उन्होंने प्राप्त करने ढंग सीखना पैना लाजमी है, क्योंकि पहले लिख दिता है गल एक ओंकार सतनाम करता पुरख निरभ निरवैर अकाल मूर्त अजोने सह भंगर प्रसाद जप, जो मालिक जेदा नाम सच्चा है दुनिया में पैदा करने वाला है, निरभव है निरवैर है किसी का वैर नहीं है, अकाल मूर्त जमन मन तो रहत है, अजोनिया जेड़ा जूना च नहीं पैंदा, अगर मिलना तो गुरु की कृपा ना मिलना गुरप्रसाद जप, क्यों गुरु नानक की कृपा दे नाल गुरु अंगद आए, गुरु अंगद तो गुरु अमरदास आए, पहला उदय नहीं आ गया कोई, उन्हें ना लिखते कानून है जिदा हिंदुस्तान के संविधान बारे लिखा गवर्नमेंट ऑफ दी पीपल, गवर्नमेंट फॉर दी पीपल, गवर्नमेंट बाय दी पीपल, इतने भी यही कुछ लिखा आद सच जुगाद सच है भी सच और नानक होशी भी सच। तो गुरु साहब जाते हुए गल कह रहे हैं कि इस बाणी तो सीध लो गुरु बाणी है, बाणीकारा नू असी नहीं देख सके, ये जो बाणी के बच्चों बाणीकार कहते हैं उस गल तो मन लगे ना बाणी कहती है, पाठ कराने का फायदा ता है एक भी मनीए जो पढ़ते शब्द गल गुरुआ की मने ना ये कोई तह तो मत्था टेकना ये नहीं काम मननी पेगी, जिन्हें मन लिया वो बारे महाराज कहते मन्ने की गत कहीं नहीं जाए। सो मैं जाना हो कि भी तो थोड़े मूहरे यही बेनती है भाई सतगुरु सच्चे पातशाह
तन तन साहब श्री गुरु ग्रंथ साहब जी महाराज ये कले सिखा दे नहीं ना किसे होर दे मनुखता दे गुरु है क्योंकि जिन्हें सर्वसांझी वालता का स्नेहा दिता उन्होंने गुरु है रूहानी जोत है क्योंकि इन्हें किसी ने लिहाज नहीं रखा साढ़िया लोगों ने पाया पंगा क्योंकि महाराज की बाणी कहती है अब्बल अल्लाह नूर पाए रब ने तो एक मनुख पैदा किया कुदरत के सब बंदे सारे जेड़े है सारे उन्हें बनाए हैं पर साढ़े आपो अपने मत पादरी कहता ईशा ने बनाई धरती आ मनुखता उस तो पैदा हुई इस्लाम वाले कहते मुहम्मद साहब ने बनाई हिंदू कहते राम ने बनाई सिख कहते गुरु नानक साहब तो चलता नहीं वो कुदरत वाले ने वो कोई कहते कुदरत कवन कहां विचार ओदा कोई अंत नहीं पा सकता पर असी अपने तरीके ना मजबा दे बच्चे नूं वंड के वड्डे सारे समुद्र नूं पुज्जिया च वंडण की कोशिश करते हैं ना कि बाणी गुरु ग्रंथ की जानो मट त्यार जिदा वड्डा सारा दुध का मट बनाया इदा ये है रड़कण वाला कोई नहीं हिठा दसी व्यापार तोड़ते हैं अभी व्यापारी करी जाते अपना अपना पर उत्थे बाणी होर लिखा है हर के नाम के व्यापारी जेदे बारे सतगुरु दास जी ने कहा को बन जारो राम का है को मैं का मेरा टांडा लादा जा मैं तो वड्डा सारा काफला रह जाता इस मानन से सो सतसंग जी गुरु ग्रंथ साहब महाराज सच्चे पातशाह ये साबत सूरत सदा ले अमर गुरता दे विराजमान है इन्हें दसवें पातशाह कर गए पर इत्थे मनुखतावादी सोच जी रखने की लोड़ है मैं हमने पूंज पढ़िया अशहीदी दिहाड़े के कुछ लोगों ने वाल्मीकि भाईचारे साहबजाद का दिन मना उन्होंने सतगुरु सच्चे पातशाह की बाणी प्रकाश करने लिए उन्होंने साहब श्री गुरु ग्रंथ साहब जी की बाणी का सरूप नहीं दिता गया ये मनुखतावादी सोच नहीं है इदा तो कर लोगे बाण चो कि कढ़ दोगे गुरु अर्जन देव जी ने लिखा ना वाल्मीकि हुआ साध संग कढ़ दो ध्रुव को मिलो ब्रह्म संघ कढ़ दौ बिपर सुधामे दालत पंज करदा कर चुकता कोई इतों तक के अजामल वर्गे अबाध पापी गनका वर्गे ना किसी के जोरत्या कढ़ दें बिचों क्योंकि उन्होंने 1400 पन्ने के सहारी बिहारी टिप्पी कोई भी अक्षर जोड़ा है उन्होंने किसी को लद करन की पावर नहीं है गुरु राम राय ने क्योंकि उत्थे जाके हथ कान लग पाया होर तरह मिट्टी बेईमान की कहता आरसा की बात जो मिट्टी मुसलमान दी पेड़े पे कमार उक कारण सी दस्या महापुरशा ने पर इस तरीके ना ते जेड़े लोग इदा दी नफरत मन के दिल दे विच इस विचारधारा चलते गुरु ग्रंथ नूं नहीं मानते मैं साफ गल दस दे क्योंकि जो तलीम गुरु ने कहा है जै बिद गुर उपदेशिया सो सुन रे पाई नानक कहत पकार के गौपुरब सुनाई जे उन्होंने नफरत होंगी तो उन्होंने यह नहीं गल कहना इस करके महाराज सच्चे पातशाह के शरण में आके आप मुक्तावादी सोच रख के भाईचारक सांझ रख के इस गुरु की समर्थ गुरु की शरण लैके जिंदगी बसर करिए समाज जिहड़ा जिहदी व्याख्या गुरु रविदास जी ने ली है कह रविदास खलास च मर वो खलास मैं ना शुद्ध वो लफ्ज बिगड़ता बिगड़ता दसवें पातशाह से आ खालसा बन गया वोदा भी भाव यही है जोड़ा शुद्ध है जोड़ा गुरु की भगती वाला गुरु के हुक्म की अवे करने वाला वो शुद्ध रूप च मनण वाला वो खालसा खास कहावे सोई जाके हिरदे फरमना हुई सो सात संगत जी मनुखतावादी सोच का सू सदा दशमेश पातशाह ने दिता है तो वो मनना साडा हक बनता है अज के दिन तो मैं होर बहुता नहीं कुछ भी कहना तो ये बलजीत जी को पुड़ी लाटी जी सारा जस उन्होंने मैं इस अज के खुशी के मौके पर वालों दरबार श्री ठाकरदास जी मुख सेवादार दरबार श्री ठाकरदास हरिपुर खालसा अज के समय से
मुबारकबाद ने सतगुरु कृपा कर इन्हों मकान खुशियां परे समय लैके आन। सो आओ आप माड़ा जहा मूँह सुचा कर लीजिए कर लो तो चंगा तुम बोल सकते हैं क्योंकि मालिक का घर है जोड़ा संगता रहेगा वह संगता रह गया जोड़ा मंगता रह गया झोलियां भर देनिया पैसा ऐड कर ला ऐसी लाल 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 तुझ बिन कौन करे तुझ बिन अंदर सच्चा ने लाया प्रीतम अपने नानक तन मन प्यार निहाल जा गुर देखा सामने जब गुरु साक्षात करके अरदास करांगे उन्हों हाजिर समझ के उन्हों अपने मन की विथा सुनावांगे तो वृथी कदे ना हो गई जन की अरदास। सो सतगुरु दया कर इन्हां लफ्जां दे नाल मैं सतगुरु का शुकराना करना तन तन साहिब श्री गुरु ग्रंथ साहब महाराज जो इस वक्त सारे कलयुग की अगवाई कर रहा है इन्होंने चरणों की यही बेनती है कि सारे संसार के सुखमय माहौल बने तो सारे मिलकर सभे साझी वालश दायन तू कोई ना दसे वारा जी दे हुकुम ते चल के अपनी जिंदगी शुरू कर। वाहिगुरु जी का खालसा वाहिगुरु जी की फतह।